कनाडा दे यूकन कॉलेज का मेगा सेमिनार दिन शनिवार 22 अप्रैल 11 तो 1 बजे एमकैन इमीग्रेशन जलंधर ऑफिस विच होवेगा, जिथे यूकन कॉलेज की इंटरनेशनल टीम पहुंच रही है। जेड़ा बच्चा कनाडा जाने का इच्छुक है वो अपने ओरिजिनल डॉक्यूमेंट्स ना लेके फ्री ऑफ कॉस्ट ये सेमिनार अटेंड कर सकता है। सत श्री अकाल जी, स्वागत सारे का देश प्रदेश लाइव प्रोग्राम दे विच। मैं थोड़ा अपना दोस्त अमन हाजर है जी, लैके प्रोग्राम अज के शो दे विच भी देश तो प्रदेश जाने वाले जिहड़े विद्यार्थी ने, कुछ स्टूडेंट्स ने, जिहड़े पेरेंट्स ने, उन्हां दे वह कुछ सवाल साडे तक पहुँचाउंदे ने, उन्हां नूं डिस्कस किया जाएगा। जिहड़ी भी थोड़े मन दे विच कन्फ्यूजनस ने, कुछ डाउट्स ने, अज उन्हां नूं डिस्कशन रूप दे विच लै के हल करन दी कोशिश रहेगी। अज गलबात करांगे कैनेडा बारे, और कैनेडा ते गल करन लई अज खासकर कैनेडियन पढ़े हुए कैनेडा दे सिटीजन ICCRC मैंबर प्रतिपाल सिंह गिल एमकैन तो साडे नाल ने। पहले मौजूद उन्हां नाल जिहड़े मौजूद गैस ने उन्हां दा स्वागत कर दईए। प्रतिपाल जी, बहुत बहुत स्वागत। थैंक यू जी, सत श्री अकाल जी। सो ICCRC मैंबर, पहले तो इतों ही शुरुआत करांगे। अज बड़े साडे भरा, साडे एजेंट, साडे वीर ICCRC मैंबर नूं लैके थोड़े जिहे ना कुछ नज़र आउंदे ने, वी ICCRC मैंबर पंजाब च पंजाब दे स्टूडेंट नूं की बेनीफिट दिंदे ने, पंजाब च ICCRC मैंबर दी एडवांटेज की है, इसी जिहड़े सवाल तों शुरुआत कीती जाएगी। गिल साहिब की कहना? देखो, मैं मानदा बिजनेस विच कॉम्पीटिशन आ, बहुत थोड़े ICCRC मैंबर ने जिहड़े पंजाब विच प्रेजेंट ने। ICCRC मैंबर दी हमेशा एज हुंदी आ, अगर आपां गल करिए इक नॉर्मल एजेंट दे नाल ਜਿਹੜਾ ਸਟੂਡੈਂਟ ਵੀਜ਼ਾ ਕਰਦਾ, ਚਾਹੇ ਉਹ 10 ਸਾਲ ਤੋਂ ਕਰ ਰਿਹਾ, 20 ਸਾਲ ਤੋਂ ਕਰ ਰਿਹਾ ਵਾ। ICCRC ਮੈਂਬਰ ਪਹਿਲੀ ਗੱਲ ਤਾਂ ਕ੍ਰੈਡਿਟ ਗਵਰਨਮੈਂਟ ਤੋਂ ਆਥੋਰਾਈਜ਼ਡ ਆ ਇਸ ਕੰਮ ਨੂੰ ਕਰਨ ਲਈ। ਉਹ ਸਿਰਫ ਕੈਨੇਡਾ 'ਚ ਆਥੋਰਾਈਜ਼ ਨਹੀਂ ਹੈਗਾ, ਇਹ ਵੀ ਬੜਾ ਭੁਲੇਖਾ ਲੋਕ ਪਾਉਂਦੇ ਨੇ ਕਿ ICCRC ਮੈਂਬਰ ਸਿਰਫ ਕੈਨੇਡਾ ਵਿੱਚ ਕੰਮ ਕਰਨ ਲਈ ਆਥੋਰਾਈਜ਼ ਆ। ਨਹੀਂ, ਪੂਰੀ ਦੁਨੀਆ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਅਗਰ ਤੁਸੀਂ ਹੱਥ ਲਾਉਣਾ ਵਾ, ਉਹਦੇ ਲਈ ਤੁਹਾਡਾ ICCRC ਮੈਂਬਰ ਹੋਣਾ ਜ਼ਰੂਰੀ ਆ। ਇਮੀਗ੍ਰੇਸ਼ਨ ਕਿਸੇ ਵੀ ਰੂਪ ਦੇ ਵਿੱਚ, ਕਿਸੇ ਵੀ ਰੂਪ 'ਚ, ਚਾਹੇ ਤੁਸੀਂ ਸਟੂਡੈਂਟ ਦਾ ਕਰ ਰਹੇ ਹੋ, ਚਾਹੇ ਤੁਸੀਂ PR ਦਾ ਕਰ ਰਹੇ ਹੋ, ਤੁਸੀਂ PNP ਦਾ ਕਰ ਰਹੇ ਹੋ, ਈਵਨ ਅਗਰ ਤੁਸੀਂ ਵਿਜ਼ਿਟਰਸ ਵੀ ਕਰ ਰਹੇ ਹੋ, ਜਿਹੜਾ ਆਥੋਰਾਈਜ਼ ਬੰਦਾ ਤੁਸੀਂ ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ 'ਤੇ ਆ ਕੇ ਪੜ੍ਹ ਸਕਦੇ ਹੋ, ਪੂਰੀ ਦੁਨੀਆ 'ਚ ਐਨੀਵੇਅਰ ਇਨ ਦਾ ਵਰਲਡ ਤੁਸੀਂ ICCRC ਮੈਂਬਰ ਹੋਣਾ। ਕੈਨੇਡੀਅਨ ਗਵਰਨਮੈਂਟ, ਕੈਨੇਡੀਅਨ ਹਾਈ ਕਮਿਸ਼ਨ ਇਹ ਕਹਿੰਦੀ ਹੈ ਵੀ ਜੇ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਲਈ ਵੀਜ਼ਾ ਲਾਉਣਾ ਹੈ, ਕਿਸੇ ਵੀ ਕੈਟੇਗਰੀ, ਕਿਸੇ ਵੀ ਕੈਟੇਗਰੀ, ਤੁਹਾਡਾ ICCRC ਹੋਣਾ ਮੈਂਬਰ ਹੋਣਾ ਜ਼ਰੂਰੀ। ਦੇਖੋ, ਇੰਡੀਆ ਦੀ ਅਗਰ ਆਪਾਂ ਕੱਲ ਨੂੰ ਕਚਹਿਰੀ 'ਚ ਗੱਲ ਕਰੀਏ, ਇੰਡੀਆ 'ਚ ਕਚਹਿਰੀ 'ਚ ਕਿਹੜਾ ਵਕੀਲ ਲੜੂਗਾ? ਕੈਨੇਡਾ ਦਾ ਵਕੀਲ ਅੱਗੇ ਥੋੜ੍ਹਾ ਲੜੂਗਾ, ਕੈਨੇਡਾ ਦਾ ਲਾਅ ਡਿਫਰੈਂਟ ਆ, ਇੰਡੀਆ ਲਾਅ ਡਿਫਰੈਂਟ ਆ। ਪਰ ਹੁਣ ਇੱਕ ਬੰਦਾ ਕੈਨੇਡਾ 'ਚ ਬੈਠਾ ਵਾ, ਲੜਨਾ ਉਹਨੇ ਕੇਸ ਇੰਡੀਆ ਵਿੱਚ ਆ, ਤਾਂ ਨੈਚੁਰਲੀ ਉਹ ਇੰਡੀਆ ਦੇ ਲਾਅ ਦੇ ਬਾਰੇ ਨੌਲੇਜ ਹੋਣੀ ਚਾਹੀਦੀ ਆ ਨਾ। ਹੁਣ ਤੁਸੀਂ ਕੈਨੇਡਾ ਦੇ ਵਿੱਚ ਅਗਰ ਐਪਲੀਕੇਸ਼ਨ ਲਾ ਰਹੇ ਹਾਂ ਆਪਾਂ, ਤਾਂ ਕੌਣ ਉਹਦਾ ਐਕਸਪਰਟ ਆ? ICCRC ਮੈਂਬਰ ਐਕਸਪਰਟ ਆ, ਇਹ ਭੁਲੇਖਾ ਪਾਇਆ ਜਾਂਦਾ ਆਮ ਤੌਰ 'ਤੇ। ਅੱਜ ਲੋਕਾਂ 'ਚ ਅਵੇਅਰਨੈਸ ਵੱਧ ਰਹੀ ਆ। ਦੂਜੀ ਗੱਲ, ਇੱਕ ਤਾਂ ਇਹ ਗੱਲ ਹੋ ਗਈ ICCRC ਮੈਂਬਰ ਦੀ ਆਥੋਰਾਈਜੇਸ਼ਨ ਆ, ਦੂਸਰੀ ਗੱਲ ICCRC ਮੈਂਬਰ ਐਜੂਕੇਟਡ ਇਸ ਕੰਮ ਲਈ। ਅਸੀਂ ਡੀਪ ਐਜੂਕੇਸ਼ਨ ਲੈਂਦੇ ਹਾਂ ਇਮੀਗ੍ਰੇਸ਼ਨ ਲਾਅ ਦੀ, ਸਾਨੂੰ ਆਇਲਟਸ ਕਰਨੀ ਪੈਂਦੀ ਆ, ਸੱਤ ਸੱਤ ਬੈਂਡ ਲੈਣੇ ਪੈਂਦੇ ਨੇ, ਸਾਡੇ ਕੋਲ ਇੱਕ ਲੈਵਲ ਆ, ਫਿਰ ਅਸੀਂ ਅਪਡੇਟਡ ਆ। ਸਾਡਾ ਲਾਇਸੈਂਸ ਜਿਹੜਾ ਉਹ ਪਰਮਾਨੈਂਟ ਨਹੀਂ ਹੈਗਾ, ਹਰ ਸਾਲ ਸਾਨੂੰ ਪੜ੍ਹਾਈ ਕਰਨੀ ਪੈਂਦੀ ਹੈ, ਆਪਦੇ ਪੱਲਿਓ ਪੈਸੇ ਖਰਚ ਕਰਕੇ ਲਾਇਸੈਂਸ ਨੂੰ ਰਿਟੇਨ ਕਰਨ ਲਈ ਲੱਖਾਂ ਰੁਪਈਏ ਦੇਣੇ ਪੈਂਦੇ ਨੇ। ਇਸ ਅਤੇ ਇਹ ਨੈਚੁਰਲੀ ਅਸੀਂ ਦੂਸਰੇ ਨਾਲੋਂ ਸਾਡੇ ਕੋਲ ਐਜ ਆ। ਅਸੀਂ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕਾਨੂੰਨ ਦੀ, ਚਾਹੇ ਉਹ ਸਟੂਡੈਂਟ ਵੀਜ਼ਾ ਹੋਵੇ, ਕੱਲ੍ਹ ਨੂੰ ਸਟੂਡੈਂਟ ਉੱਥੇ ਚਲਿਆ ਗਿਆ, ਉਸ ਤੋਂ ਬਾਅਦ ਉਹਦੀਆਂ 50 ਪ੍ਰੋਬਲਮਸ ਨੇ, ਅਸੀਂ ਉਹ ਸਾਰੀਆਂ ਪ੍ਰੋਬਲਮ ਸਮਝਦੇ ਹਾਂ, ਉਹਨਾਂ ਸਾਰੀਆਂ ਦਾ ਸਲਿਊਸ਼ਨ ਕਰ ਸਕਦੇ ਹਾਂ। ਇੱਕ ਨੋਰਮਲ ਏਜੰਟ ਇੱਥੇ ਬੈਠਾ ਵਾ, ਉਹ ਦੇਖੋ, ਮੈਂ ਨਹੀਂ ਕਹਿੰਦਾ ਕਿ ਏਜੰਟ ਔਰ ਕੰਸਲਟੈਂਟ, ਠੀਕ ਆ, ਅਸੀਂ ਸਾਰੇ ਏਜੰਟ ਹਾਂ। ਹੁਣ ਏਜੰਟ ਔਰ ਕਾਉਂਸਲਰ, ਸਾਡਾ ਨਾਲ ਕੰਮ ਇੱਕ ਆਪਾਂ ਕਹਿ ਲਈਏ ਕੈਰੀਅਰ ਕਾਉਂਸਲਰ ਦਾ ਵੀ ਕੰਮ ਆ। ਅਸੀਂ ਬੱਚੇ ਨੂੰ ਗਾਈਡ ਕਰਦੇ ਹਾਂ, ਭਾਈ ਤੂੰ ਕਿੱਦਾਂ ਦਾ ਕੋਰਸ, ਕਿਹੜੇ ਸਟੇਟ ਵਿੱਚ ਜਾਏਗਾ, ਕਿਹੜੇ ਰੀਜਨ 'ਚ ਜਾਏਗਾ। ਹੁਣ ਹਿੰਦੁਸਤਾਨ ਦੇ ਵਿੱਚ ਆਪਾਂ ਰਹਿੰਦੇ ਹਾਂ, ਆਪਾਂ ਨੂੰ ਪਤਾ ਵੀ ਇਸ ਰੀਜਨ 'ਚ ਆਹ ਨੇ, ਇਸ ਰੀਜਨ 'ਚ ਆਹ। ਮੈਂ ਕਦੇ ਹਿੰਦੁਸਤਾਨ 'ਚ ਰਿਹਾ ਹੀ ਨਹੀਂ, ਚਾਹੇ ਮੈਂ 4 ਵਾਰ ਘੁੰਮ ਗਿਆ ਹਾਂ, ਮੈਨੂੰ ਕੀ ਪਤਾ ਉੱਥੇ ਕੀ ਹੈ ਅਤੇ ਕੀ ਨਹੀਂ ਆ। ਕੈਨੇਡਾ 'ਚ ਜਿਹੜਾ ICCRC ਮੈਂਬਰ ਆ, ਉਹ ਕੈਨੇਡੀਅਨ ਸਿਟੀਜ਼ਨ ਹੁੰਦਾ ਆਮ ਤੌਰ 'ਤੇ, ਉਹਨੂੰ ਉਸ ਰੀਜਨ ਬਾਰੇ ਪਤਾ ਹੁੰਦਾ, ਫਿਰ ਮੈਂ ਉੱਥੋਂ ਐਜੂਕੇਟਡ ਹਾਂ, ਉਹਦਾ ਅਲੱਗ ਤੁਹਾਨੂੰ ਐਜ ਹੁੰਦਾ ਵਾ, ਤੁਹਾਨੂੰ ਪਤਾ ਵੀ ਉਹਦੀ ਐਜੂਕੇਸ਼ਨ ਸਿਸਟਮ ਕੀ ਆ, ਐਜੂਕੇਸ਼ਨ ਕਿਵੇਂ ਚੱਲਦੀ ਆ। ਇੱਕ ਸਟੂਡੈਂਟ ਆ, ਤੁਸੀਂ ਉਹਨੂੰ ਪ੍ਰੋਪਰਲੀ ਗਾਈਡ ਕਰ ਸਕਦੇ ਹੋ ਕਿ ਭਾਈ ਇੱਕ ਨੋਨ ਮੈਡੀਕਲ ਦੇ ਸਟੂਡੈਂਟ, ਸਪੋਜ਼ ਅਲੱਗ ਅਲੱਗ ਵਰਾਇਟੀ ਸਟੂਡੈਂਟ ਨੇ, ਤੂੰ ਕਿਹੜਾ ਕੋਰਸ ਲਵੇਂ, ਇਸ ਕੋਰਸ ਦੀ ਕੀ ਕੀਮਤ ਆ। ਹੁਣ ਇੱਕ ਬੱਚਾ IT ਦਾ ਪ੍ਰੋਗਰਾਮ ਆ, IT ਦੀ ਜਿਹੜੀ ਇੰਡਸਟਰੀ ਆ, ਉਹ ਤਾਂ ਬੈਠੀ ਆ ਮੈਕਸੀਮਮ ਇੰਡਸਟਰੀ ਓਨਟੈਰੀਓ 'ਚ ਬੈਠੀ ਆ, ਟੋਰਾਂਟੋ 'ਚ। ਟੋਰਾਂਟੋ ਜਿੰਨੀਆਂ ਜੋਬ ਓਪਰਚੁਨਿਟੀਜ਼ IT ਫੀਲਡ ਲਈ ਨੇ, ਉਹ ਕੈਨੇਡਾ 'ਚ ਹੋਰ ਕਿਤੇ ਵੀ ਨਹੀਂ ਹੈਗੀਆਂ। ਮੈਂ ਹੁਣ ਟੋਰਾਂਟੋ 'ਚ ਬੈਠ ਕੇ ਬੱਚੇ ਨੂੰ ਕੁਝ ਹੋਰ ਗਾਈਡ ਕਰ ਦੇਵਾਂ, ICCRC ਮੈਂਬਰ ਨਹੀਂ ਕਰੂਗਾ, ਉਹ ਨੌਲੇਜ ਰੱਖਦਾ ਵਾ, ਆਮ ਕੰਸਲਟੈਂਟ ਉਹਦੀ ਨੌਲੇਜ ਰੱਖਦਾ। ਇਹੀ ਮੈਂ ਗੱਲ ਕਰਾਂ ਸਸਕੈਚੂਆਨ ਦੇ ਵਿੱਚ, ਸਸਕੈਚੂਆਨ ਐਗਰੀਕਲਚਰ ਬੇਸਡ ਇਕਨੋਮੀ ਆ, ਮਾਈਨਿੰਗ ਆ, ਉੱਥੇ ਬੈਟਰ ਆ ਕਿ ਤੁਸੀਂ ਉਦਾਂ ਦਾ ਪ੍ਰੋਗਰਾਮ ਕਰੋ, ਉਦਾਂ ਦਾ ਕੋਰਸ ਕਰੋ, ਉਦਾਂ ਦਾ ਕੋਰਸ ਪੜ੍ਹੋ ਜਿਹਦੇ ਨਾਲ ਕੱਲ੍ਹ ਨੂੰ ਤੁਹਾਨੂੰ ਜੋਬ ਓਪਰਚੁਨਿਟੀਜ਼ ਮਿਲਣ, ਤੁਹਾਨੂੰ PR ਦੀਆਂ ਆਪਸ਼ਨਸ ਮਿਲਣ। ਹੁਣ PR ਲਈ ਵੀ
ਹਰ ਵਾਰ ਕਾਨੂੰਨ ਚੇਂਜ ਹੁੰਦਾ ਵਾ। ਓਨਟੈਰੀਓ ਨੇ ਆਪਦਾ ਪੀ ਆਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਵਾ, ਉਹ 'ਚ ਜੋਬ ਕੈਟੇਗਰੀਜ਼ ਨੇ ਜਿਹਨਾਂ ਨੂੰ ਉਹ ਪਰਟੀਕੁਲਰ ਜੋਬ ਕੈਟੇਗਰੀਜ਼ ਨੇ ਜਿੱਥੇ ਉਹ ਪੀ ਆਰ ਦੀ ਤੁਹਾਨੂੰ ਪ੍ਰੈਫਰੈਂਸ ਦਿੰਦੇ ਨੇ। ਫੈਡਰਲ ਪ੍ਰੋਵਿੰਸ ਨੂੰ ਨਹੀਂ, ਉਹਨਾਂ ਦੇ ਅਲੱਗ ਅਲੱਗ ਜਿਹੜੇ ਆ ਜਾਂਦੇ। ਆਈ ਸੀ ਸੀ ਆਰ ਸੀ ਮੈਂਬਰ ਦੀ ਇੱਕ ਐਜ ਆ ਜੀ, ਉਹਦੀ ਐਜੂਕੇਸ਼ਨ ਦੀ, ਉਹਦੀ ਬੈਕਗਰਾਉਂਡ ਦੀ, ਉਹਦੇ ਕੋਲ ਨੌਲੇਜ ਕਿੰਨੀ ਆ, ਉਹ ਵੀ ਫਾਈਲਿੰਗ ਦੀ ਮੈਂ ਬਹੁਤ ਵਾਰ ਗੱਲ ਕਰਦਾ, ਮੈਨੂੰ ਬੜੇ ਲੋਕ ਪੁੱਛਦੇ ਨੇ। ਮੈਂ ਦੇਖਦਾ ਮੇਰੇ ਕੋਲ ਫਾਈਲਸ ਆਉਂਦੀਆਂ ਨੇ ਰਿਫਿਊਜ਼ ਕੇਸਿਸ ਦੀਆਂ, ਬੜੇ ਨਾਮੀ ਗ੍ਰਾਮੀ ਕੰਸਲਟੈਂਟ, ਜਿਹੜੇ ਕਹਿੰਦੇ ਸਾਡੇ ਉੱਪਰ ਕੋਈ ਕੰਸਲਟੈਂਟ ਹੀ ਹੈ ਨਹੀਂ, ਜਿਹੜੇ ਇੱਥੇ ਕਹਿੰਦੇ ਵੀ ਕੈਨੇਡਾ ਦਾ ਅਗਰ ਸਭ ਤੋਂ ਵਧੀਆ ਕੰਮ ਕਰਦਾ ਤਾਂ ਮੈਂ ਹੀ ਕਰਦਾ, ਕੋਈ ਹੋਰ ਕੋਈ ਜੰਮਿਆ ਹੀ ਨਹੀਂ ਕਰਨ ਵਾਲਾ। ਮੈਂ ਉਹਨਾਂ ਦੀਆਂ ਫਾਈਲਾਂ ਵੀ ਦੇਖਦਾ ਵਾਂ, ਵੈਰੀ ਸ਼ੈਵਲੀ ਪ੍ਰਪੇਅਰਡ, ਠੀਕ ਹੈ ਨਾ। ਉਹੀ ਬੱਚੇ ਸਾਡੇ ਕੋਲ ਆਉਂਦੇ ਨੇ, ਅਸੀਂ ਵੀਜ਼ਾ ਲਵਾ ਪਾਉਂਦੇ ਹਾਂ। ਸਾਨੂੰ ਕੰਮ ਕਰਨ ਦੀ ਇੱਕ ਜਾਂਚ ਆ, ਇੱਕ ਤਰੀਕਾ ਵਾ, ਇਹ ਇੱਕ ਬਹੁਤ ਬੜਾ ਐਜ ਆ ਜੀ। ਜੋ ਜੋ ਇਮੀਗ੍ਰੇਸ਼ਨ ਬਾਰੇ ਸਪੈਸ਼ਲੀ ਪੜ੍ਹਾਇਆ ਜਾਂਦਾ, ਉਹਦੇ ਬਾਰੇ ਟੈਕਨੀਕਲਟੀਜ਼ ਦੱਸੀਆਂ ਜਾਂਦੀਆਂ। ਦੇਖੋ ਇੱਕ ਮੈਥਮੈਟਿਕਸ ਦਾ ਟੀਚਰ ਆ, ਪ੍ਰੋਫੈਸਰ ਆ, ਉਹਨੂੰ ਕੱਲ ਨੂੰ ਕਹਿ ਦੋ ਪੰਜਾਬੀ ਪੜ੍ਹਾ ਲਾ। ਮੈਥਮੈਟਿਕਸ ਦਾ ਟੀਚਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਮੈਥ ਸਬਜੈਕਟ ਨੂੰ, ਅਗਰ ਅਸੀਂ ਮੰਨੀਏ ਜ਼ਿਆਦਾ ਡਿਫੀਕਲਟ ਮੰਨਿਆ ਗਿਆ, ਪਰ ਪੰਜਾਬੀ ਨਹੀਂ ਪੜ੍ਹਾ ਸਕਦਾ, ਠੀਕ ਹੈ ਨਾ। ਪੰਜਾਬੀ ਲਈ ਪੰਜਾਬੀ ਦੀ ਵਿਆਕਰਣ, ਪੰਜਾਬੀ ਦੀ ਕਹਾਣੀ ਉਹਨੂੰ ਆਉਣੀ ਚਾਹੀਦੀ ਹੈ, ਠੀਕ ਹੈ ਨਾ। ਏਜੰਟ ਤਾਂ ਦੇਖੋ ਬਿਜ਼ਨਸ ਤਾਂ ਕੋਈ ਵੀ ਕਰ ਲਊਗਾ, ਬਿਜ਼ਨਸ ਕਰਨ ਸਭ ਰੁਕਦਾ ਤਾਂ। ਪਰ ਗੱਲ ਸਾਹਿਬ ਇਹਦੇ 'ਚ ਬੱਚੇ ਲਈ ਐਡਵਾਂਟੇਜ ਵੀ, ਇਹਦੇ 'ਚ ਕੀ ਦੇਖਦੇ ਹੋ? ਇੱਕ ਬੰਦਾ ਇੱਥੇ ਬੈਠ ਕੇ ਬਿਜ਼ਨਸ ਕਰਦਾ, ਏਜੰਟ ਹੈ, ਜਿੰਨੇ ਮਰਜ਼ੀ ਵੀਜ਼ੇ ਲਵਾਉਂਦਾ, ਇੱਕ ਅਲੱਗ ਚੀਜ਼ ਹੈ, ਉਹ ਕਦੀ ਕੈਨੇਡਾ ਨਹੀਂ ਗਿਆ। ਇੱਕ ਕੈਨੇਡੀਅਨ ਸਿਟੀਜ਼ਨ ਹੈ, ਕੈਨੇਡਾ ਨਾਲ ਵਾਕਫ ਹੈ, ਉਹਦੇ ਐਟਮੋਸਫੇਅਰ, ਕਲਚਰ, ਵੈਦਰ, ਹਰ ਚੀਜ਼ ਬਾਰੇ ਉਹਨੂੰ ਪਤਾ ਹੈ, ਉਹ ਬੱਚੇ ਨੂੰ ਗਾਈਡ ਕਰਦਾ, ਦੋਨਾਂ 'ਚ ਡਿਫਰੈਂਸ ਕੀ ਦੇਖਦੇ ਹੋ? ਜ਼ਮੀਨ ਅਸਮਾਨ ਦਾ ਫਰਕ ਹੈ ਜੀ, ਤੁਸੀਂ ਕਦੇ ਜਹਾਜ਼ ਚੜ੍ਹੇ ਨਹੀਂ। ਹੁਣ ਤੁਸੀਂ ਸੁਣੀ ਸੁਣਾਈ ਗੱਲ, ਜਹਾਜ਼ ਤਾਂ ਤੁਸੀਂ ਪਿਆ ਵਾਰ ਦੇਖਿਆ, ਮੂਵੀ 'ਚ ਵੀ ਦੇਖਿਆ, ਤੁਸੀਂ ਔਨਲਾਈਨ ਜਾ ਕੇ ਦੇਖ ਲਓ, ਅੰਦਰ ਜਹਾਜ਼ ਵੀ ਨਜ਼ਰ ਆ ਜਾਂਦਾ ਵਾ, ਪਰ ਜਦ ਤੱਕ ਤੁਸੀਂ ਚੜ੍ਹੇ ਨਹੀਂ, ਤੁਸੀਂ ਐਕਸਪੀਰੀਅੰਸ ਹੀ ਨਹੀਂ ਕੀਤਾ ਉਸ ਚੀਜ਼ ਨੂੰ, ਤੁਸੀਂ ਕਿੱਦਾਂ ਉਹਨੂੰ ਉਸ ਨਾਲ ਉਹ ਚੀਜ਼ ਦੱਸ ਪਾਓਗੇ? ਮੈਂ ਦੱਸਿਆ ਵੀ ਅਸੀਂ, ਮੈਂ ਕ੍ਰੀਡਿਨ ਐਜੂਕੇਸ਼ਨ ਲਈ ਹੋਈ ਆ, ਟੋਪ ਲੈਵਲ ਦੀ ਯੂਨੀਵਰਸਿਟੀ 'ਚ ਮੈਂ ਪੜ੍ਹਿਆ ਹੋਇਆ ਵਾਂ, ਮੈਂ ਵਰਾਇਟੀ ਦੇ ਕੋਰਸਿਸ ਕੀਤੇ ਹੋਏ ਨੇ, ਸਾਇੰਸ ਦੇ ਕੀਤੇ ਹੋਏ ਨੇ, ਉਸ ਤੋਂ ਬਾਅਦ ਮੈਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੋਈ ਆ, ਅਕਾਊਂਟਸ ਦੇ ਪ੍ਰੋਗਰਾਮ ਕੀਤੇ ਹੋਏ ਨੇ, ਹੋਰ ਇਕਨੋਮਿਕਸ ਕੀਤੀ ਹੋਈ ਆ, ਤੁਹਾਡੇ ਕੋਲ ਇੱਕ ਨੌਲੇਜ ਬੇਸ ਹੁੰਦਾ ਵਾ। ਪਲੱਸ ਤੁਸੀਂ ਇਮੀਗ੍ਰੇਸ਼ਨ ਲਾਅ ਨੂੰ ਜੋ ਰੋਜ਼ ਅਪਡੇਟਸ਼ਨ ਹੋ ਰਹੀ ਆ, ਤੁਸੀਂ ਉਹਨੂੰ ਜਾਣਦੇ ਹੋ, ਤੁਸੀਂ ਜਿਹੜੇ ਕਾਲਜ ਦੇ ਡੈਲੀਗੇਟਸ ਆਉਂਦੇ ਨੇ ਉਹਨਾਂ ਤੋਂ ਜ਼ਿਆਦਾ ਜਾਂਚ ਪੜਤਾਲ ਕਰ ਸਕਦੇ ਹੋ, ਠੀਕ ਹੈ ਨਾ। ਮੈਂ ਇੱਕ ਇੰਸਟੀਚਿਊਟ ਦਾ ਮੈਨੇਜਰ ਹਾਂ, ਸਪੋਜ਼ ਮੈਂ ਤਾਂ ਦੇਖੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਰਿਹਾ ਹਾਂ, ਮੈਂ ਕਹਿ ਦੂੰਗਾ ਜੀ ਭਾਈ ਮੇਰਾ ਆਹ ਚੀਜ਼ ਆ ਕੋਰਸ ਆ, ਨੋ ਆਈ ਬੀਂਗ ਐਨ ICCRC ਮੈਂਬਰ, ਮੇਰਾ ਇੱਕ ਨੌਲੇਜ ਬੇਸ ਆ, ਮੈਂ ਜਾਣਦਾ ਕਿ ਜੋ ਮੇਰੇ ਮੂਹਰੇ ਵਾਲਾ ਬੰਦਾ ਕਹਿ ਰਿਹਾ ਉਹ 'ਚ ਕਿੰਨੀ ਕੁ ਸੱਚਾਈ ਹੈ, ਕਿੰਨਾ ਗਲਤ ਆ। ਕੁਛ ਰਿਸਟ੍ਰਿਕਸ਼ਨਸ ਵੀ ਹੁੰਦੀਆਂ ਇਹਨਾਂ 'ਤੇ ਵੀ ਤੁਸੀਂ ਇੱਦਾਂ ਨਹੀਂ ਕਰ ਸਕਦੇ, ਕਿਉਂਕਿ ਏਜੰਟ ਦਾ ਕੋਈ ਡੰਡਾ ਨਹੀਂ ਹੁੰਦਾ ਬੇਸਿਕਲੀ। ਰਿਸਟ੍ਰਿਕਸ਼ਨ ਦੇਖੋ, ਤੁਹਾਡੀ ਸਾਨੂੰ ਮੋਰੈਲਿਟੀ ਦਾ ਮੋਰੈਲਿਟੀ ਦਾ ਪਾਠ ਪੜਾਇਆ ਜਾਂਦਾ ਵਾ, ਐਥਿਕਸ ਦਾ ਪਾਠ ਪੜਾਇਆ ਜਾਂਦਾ ਰੈਗੂਲਰ ਹਰ ਸਾਲ, ਠੀਕ ਹੈ ਨਾ। ਉਹ ਸਾਡੇ 'ਤੇ ਕੰਡੀਸ਼ਨਸ ਨੇ, ਫਿਰ ਅਗਰ ਅਸੀਂ ਗਵਰਨਮੈਂਟ ਦੇ ਕਾਨੂੰਨ ਨਾਲ ਬੰਨੇ ਹੋਏ ਹਾਂ, ਅਸੀਂ ਉਸ ਕਾਨੂੰਨ ਤੋਂ ਇੱਧਰ ਉੱਧਰ ਜਾ ਸਕਦੇ। ਮੈਨੂੰ ਨਹੀਂ ਯਾਦ ਕਿ ਮੈਂ ਲਾਈਫ 'ਚ ਕਦੇ ਵੀ ਕਿਸੇ ਨਾਲ ਝੂਠ ਬੋਲਿਆ ਹੋਵੇ। ਲੋਕ ਆਮ ਤੌਰ 'ਤੇ ਬਸ ਇਹੀ ਕਹਾਣੀ ਹੈ, ਜਿਹੜਾ ਨੋਰਮਲ ਏਜੰਟ ਉਹ ਕਹਿੰਦਾ ਮੈਂ ਤੁਹਾਡੇ ਤੋਂ ਫੀਸ ਘੱਟ ਲਊਂਗਾ, ਇਹ ਕਰੂੰਗਾ, ਉਹ ਕਰੂੰਗਾ, ਉਹਨੇ ਠੱਗੀ ਮਾਰ ਲੈਣੀ ਆ, ਤੁਹਾਡੀ ਟਿਊਸ਼ਨ ਫੀਸ 'ਚ ਵੀ ਠੱਗੀ ਆ। ਮੈਂ ਲੋਕਾਂ ਨੂੰ ਜਾਣਦਾ, GIC ਦੇ ਪੈਸੇ ਲੈ ਲਏ ਔਰ GIC ਖੁਲਾਇਆ ਹੀ ਨਹੀਂ। ਨਾਮੀ ਗ੍ਰਾਮੀ ਕੰਸਲਟੈਂਟ ਮੇਰੇ ਕੋਲ ਇਹ ਕੇਸਿਸ ਨੇ, ਮੈਂ ਦਿਖਾਓ ਮੇਰੇ ਆਫਿਸ 'ਚ, ਮੈਂ ਦਿਖਾ ਸਕਦਾ ਤੁਹਾਨੂੰ। ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਦੇ, ਸਾਫ਼ ਸੁਥਰਾ ਇਮਾਨਦਾਰ ਦੇਖਦੇ ਹੋ ਵੀ ਜਿਹੜੀਆਂ ਇੱਕ ਪੜ੍ਹਾਈ ਨਾਲ, ਇੱਕ ਮੋਰੈਲਿਟੀ ਪੜ੍ਹਾਉਣ ਨਾਲ, ਇੱਕ ਐਥਿਕਸ ਪੜ੍ਹਾਉਣ ਨਾਲ ਆਉਂਦੀਆਂ ਨੇ, ਉਹ ਆਪਣੇ ਏਜੰਟ ਜਿਵੇਂ ਇੱਥੇ ਰੈਗੂਲਰ ਬਿਜ਼ਨਸ ਨਹੀਂ ਹੈ, ਕੋਈ ਵੀ ਕਿਸੇ ਵੀ ਲਾਈਨ 'ਚ ਆਉਂਦਾ ਬਿਜ਼ਨਸ ਏਜੰਟ ਬਣ ਜਾਂਦਾ, ਕੰਸਲਟੈਂਟ ਬਣ ਜਾਂਦਾ, ਇਸ ਚੀਜ਼ ਦੀ ਕਮੀ ਦੇਖਦੇ ਹੋ? ਬਹੁਤ ਜ਼ਿਆਦਾ ਕਮੀ ਹੈ। ਦੇਖੋ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਪਿੱਛੇ ਆਪਣੀਆਂ ਤੁਹਾਡੀਆਂ ਇਕਨੋਮਿਕ ਸਲੋ ਡਾਊਨ ਹੋਇਆ ਪੰਜਾਬ ਦੇ ਵਿੱਚ, ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦਾ, ਮੇਰੇ ਭਰਾ ਨੇ ਉਹ ਜਿਹੜੇ ਕਿਸੇ ਹੋਰ ਫੀਲਡ 'ਚ ਕੰਮ ਕਰਦੇ ਸੀਗੇ, ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਸੀਗੇ, ਉਹ ਸਾਰੇ ਏਜੰਟ ਬਣੇ ਹੋਏ ਨੇ। ਤੁਸੀਂ ਮੈਨੂੰ ਦੱਸੋ ਉਹ ਬੰਦਾ ਕਿੱਦਾਂ? ਅੱਜ ਮੈਂ ਪ੍ਰੋਪਰਟੀ ਦੀ ਕੋਈ ਨੌਲੇਜ ਰੱਖਦਾ, ਮਨੀ ਮੈਂ ਅੱਜ ਕੋਈ ਪ੍ਰੋਪਰਟੀ ਨੌਲੇਜ ਨਹੀਂ ਰੱਖਦਾ। ਤੁਸੀਂ ਮੈਨੂੰ ਕਹੋਗੇ ਆਹ ਜਗ੍ਹਾ ਨਾਪ ਲਾ, ਮੈਨੂੰ ਤਾਂ ਮਾੜੀ ਮੋਟੀ ਨੌਲੇਜ ਆ, ਮੈਂ ਕੋਈ ਪ੍ਰੋਪਰ ਨੌਲੇਜ ਥੋੜ੍ਹਾ ਰੱਖਦਾ ਵਾਂ। ਕੱਲ ਨੂੰ ਮੈਂ ਦੋ ਚਾਰ ਬੰਦਿਆਂ ਨੂੰ ਮਿਲ ਕੇ ਕਰ ਲਵਾਂ, ਉਹ ਗੱਲ ਨਹੀਂ ਬਣਦੀ ਹੈਗੀ। ਫਿਰ ਸਾਡਾ ਤੁਹਾਡਾ ਬਿਜ਼ਨਸ ਆ ਬੜਾ ਪਾਇਸ ਬਿਜ਼ਨਸ ਆ, ਅਸੀਂ ਕਿਸੇ ਬੱਚੇ ਦੀ ਜ਼ਿੰਦਗੀ ਬਣਾਉਣੀ ਆ। ਤੁਹਾਡੇ ਆਹ 2 ਸਾਲ 4 ਸਾਲ 12ਵੀਂ ਤੋਂ ਬਾਅਦ ਇਹ ਡਿਸਾਈਡ ਕਰਨਗੇ ਅਗਲੇ 40 ਸਾਲ ਅਗਲੀ ਤਾਹ ਉਮਰ ਤੁਸੀਂ ਕੀ ਕਰਨਾ ਵਾ। ਅਗਰ ਤੁਸੀਂ ਇੱਥੇ ਅਸੀਂ ਤੁਹਾਨੂੰ ਮਿਸਗਾਈਡ ਕਰ ਦਿੱਤਾ ਤਾਂ ਤੁਸੀਂ ਤਾਹ ਉਮਰ ਪੱਕ ਧੱਕੇ ਖਾਓਗੇ। ਮੇਰੇ ਕੋਲ ਅਜੇ ਬਹੁਤ ਕੇਸਿਸ ਨੇ ਜਿੱਥੇ ਬਹੁਤ ਚੰਗੇ ਬੱਚੇ ਸੀ, 90% ਪਲੱਸ ਵਾਲੇ, ਪਰ ਗੱਲ ਸਿਰਫ ਗੱਲਾਂ 'ਚ ਆ ਗਏ। ਕਿਸੇ ਨੇ ਕਹਿਤਾ ਜੀ ਤੁਸੀਂ ਦੂਰ ਬੈਠੇ ਹੋ, ਅਸੀਂ ਨੇੜੇ ਵਾਲੇ ਕੋਲ ਕਰਾ ਲੈਂਦੇ ਹਾਂ, ਉਹਨੇ ਕੋਈ ਤੁਹਾਨੂੰ 4 ਸਬਜ਼ ਬਾਗ ਦਿਖਾਤੇ, ਮੈਂ ਆਹ ਕਰ ਦੂੰਗਾ, ਐਪਲੀਕੇਸ਼ਨ ਫੀਸ ਦਾ ਵੇਵਰ ਲੈ ਦੂੰਗਾ। ਹੁਣ ਬੱਚੇ ਬਹੁਤ ਸਾਰੇ ਆਹ ਤੁਹਾਡੇ ਮੇਲੇ ਹੁੰਦੇ ਨੇ, ਆਪਾਂ ਕਹਿੰਦੇ ਸੋ ਕਾਲਡ ਸਿੱਖਿਆ ਮੇਲਾ, ਹਾਂ ਸਿੱਖਿਆ ਮੇਲੇ ਹੁੰਦੇ ਨੇ, ਸ਼ੋਅ ਉਹਨਾਂ 'ਚ ਜਾਂਦੇ ਨੇ। ਮੰਨਦਾ ਮੈਂ ਇੱਕ ਬਹੁਤ ਵਧੀਆ ਚੀਜ਼ ਆ, ਤੁਹਾਨੂੰ ਨੌਲੇਜ ਮਿਲ ਜਾਂਦੀ ਹੈ, ਪਰ ਤੁਸੀਂ 2 ਮਿੰਟ ਵਿੱਚ, 5 ਮਿੰਟ ਵਿੱਚ, 10 ਮਿੰਟ 'ਚ ਕਿੱਦਾਂ ਡਿਸਾਈਡ ਕਰ ਲਓਗੇ ਕਿ ਮੈਂ ਇਹ ਪਰਟੀਕੁਲਰ ਕਾਲਜ ਲੈਣਾ ਵਾ, ਕੋਰਸ ਲੈਣਾ ਵਾ? ਇਹ ਜਿਹੜੀ ਕਰਾ, ਤੁਹਾਨੂੰ ਫੋਟੋ
एक आई टी का प्रोग्राम ले लूँगा तो मैं बैठ के कुर्सी पर वाइट कॉलर जॉब करूँगा, नहीं। प्रोग्रामिंग में उही बच्चा जाए जो मैथमेटिकली बहुत स्ट्रोंग आ, जिसे को लॉजिकल एंड एनालिटिकल स्किल्स है। हम लॉजिकल तो की मीनिंग है, अज मैं थोड़े स्टूडियो का एक प्रोग्रामिंग करनी है, मैं उसे भेजता गया, थोड़े स्टूडियो की एक रिक्वायरमेंट आ, पहला तो मैं रिक्वायरमेंट समझूंगा, फिर मैथमेटिकल फॉर्मूले लाऊंगा उस उपर, जिनी प्रोग्रामिंग है की इनवॉल्व कर रही है, वेरीएबल्स, थोड़े फंक्शनस, थानू टैक्निकल लैंगुएज जी आने चाहिए, अज डेट में ऑब्जेक्ट ओरिएंटेड प्रोग्रामिंग आ, ठीक है, वो तो आनी चाहिए। फिर बड़ी फास्ट चेंजिंग फील्ड आ, अज मैं प्रोग्रामिंग थोड़े स्टूडियो का किया, कल मैं प्रोग्रामिंग की किसी डॉक्टर के क्लीनिक की, परसों मैं प्रोग्रामिंग की किसी इंडस्ट्री की। हुण मेरे को अगर लॉजिकल माइंड नहीं है, एनालिटिकल तो मतलब मेरा की है, मैं एनालिसिस नहीं कर सकता, उस चीज़ में जाके समझ नहीं सकता, मेरे को स्ट्रॉन्ग कम्यूनीकेशन स्किल्स नहीं है, चाहे मैं पढ़ने बहुत चंगा वा, आई विल बी कंप्लीट फेलियर इन दिस फील्ड जी। बिल्कुल, मैं ये बच्चों जानता जिन्हें को 90% प्लस स्कोर आ इस फील्ड के उत्थे कैनेडा च, उन्होंने असं डीन्स ऑनर लिस्ट कहने जिन्होंने इतने आप गोल्ड मैडलिस्ट कहने, वो बच्चे इन्नी पढ़ाई करने बाद गोल्ड मैडलिस्ट होने बावजूद भी पिज़ा हट से काम कर रहे हैं। सो अज देश प्रदेश लाइव के साथ कोशिश चल रही है, प्रतिपाल सिंह गिल जो कि ICCRC मैंबर खुद सिटीजन ने कैनेडा के, उन्होंने द्वारा वो जानकारी थोड़े तक पहुँचा पाइए जिहड़े एक आम एजेंट नहीं पहुँचा पाता क्योंकि वह कभी कैनेडा गया नहीं। उन्हें ठीक है वीज़ा लवाए होंगे बट एक्चुअल उत्थे जाके किवें एक लाइफ बितानी है, किवें उत्थे दा एटमोसफेयर है, किस तरह उन्हों का कल्चर है, यह सारिया जिहड़ियां चीज़ां ने उही तुहानूं समझा सकदा जिन्हें अपने आप वो चीज़ां देखियां ने या अपने आप ते हंडाइयां ने। सो तुहानूं भी कोई सवाल पूछना है, कोई जानकारी लैनी है, असैसमेंट करनी है, तो इन्हां दे नंबरां ते कॉल करके अपॉइंटमेंट लैके मिले जा सकता। सो मैं गल करना चाहुंदा यही थोड़ा जिहा ICCRC मैंबर बारे, होर उत्थे जाके जिहड़े इत्थों बच्चे चले जांदे वीज़ा लग गया साढ़े, चाहे एजेंट ने लवाया चाहे किसी ने लवाया, कंसल्टेंट भी ने लवाया, सब एजेंट ने लवाता, वीज़ा लग गया, बच्चा पहुँच गया, किदा भी प्रॉब्लम फेस करता जिहड़ा बच्चा कैनेडा पहुँच जाता? बहुत तरह के, देखो इतों तो मैं थोड़े प्रोग्राम को भी देखता वा, मैं किसी निंदा नहीं कर रहा, इतने हर बंदा बिजनेस कर रहा वा, इतने आके दिखाई ही जाता भी, देखो जी मैं 5 वीज़े लवाते, मैं 10 लवाते, कोई बंदा वीज़े की कॉपी ले बैठा वा, कोई वीडियो दिखाता जी मैं देखो जी 20 बच्चों का वीज़ा लवाता, 25 का लवाता, मेरे तो एक्सपर्ट कोई नहीं है। वीज़ा लवाना एक चीज़ है, तुम्हें स्कूल या कॉलेज भर्ती हो गए एक चीज़ आ, ठीक है ना, पास होकर प्रॉपर तुम इंपलॉयमेंट लैनी उस फील्ड के, उस फील्ड कामयाब होना एक सेकेंडरी चीज़ है, असली इंपोर्टेंस किस चीज़ की है, जब तुम कैनेडा पहुँच गए, कैनेडा पहुँच के पहली गल कोर्स सिलेक्शन जब मैं तुम्हें गल की है कि एक नॉन मैडिकल का स्टूडेंट आ, वरायटी ऑफ प्रोग्राम्स ने, इंजीनियरिंग फील्ड जा सकता, मैकेनिकल, इलैक्ट्रीकल, इलैक्ट्रॉनिक्स, ठीक है ना, वरायटी ऑफ IT की कई फील्ड जा सकता वा, हम डिपेंड करता हर कोर्स हर बच्चे नहीं बनया हुआ वा, हर कॉलेज को अवेलेबल आ, कॉलेज नहीं कहना कि मेरा प्रोग्राम माड़ा वा, पर असी असैसमेंट लानी है, मैं असैसमेंट लाना बच्चे ना, असं टाइम स्पेंड करते हैं, उन्होंने मिलते हैं, वह गलबात करते हैं, असं कोई वो कम नहीं करते, फटाफट आ जाए भी एप्लीकेशन फी वेवर मिल रहा तो $50 छड़ते तेन आवा, असी बच्चे का जिन्होंने कहने फाहा नहीं पढ़ते है, सानू पता जो साढ़े ना बीतिया ने, असं चाहते हैं भी वो कल इन्हों ना बीतन, जो असी स्ट्रगल की है एटलीस्ट इन्हों उस लैवल की स्ट्रगल ना करनी पवे, इन्हों रास्ते आसान हो, फीस तो नहीं लगनी है, किसी भी प्रोग्राम चले जाओ फीस उन्हीं लगनी है, माँ बाप थोड़ी छोटी गलों से दूर आने से जाने से या किसी की गलों से आ गए मैं थोड़े वीजे ने लवाते फलाना फीस इन्नी घट ले ली उन्हें, इन गलों से ना आओ, थोड़े बच्चे 2 साल ने 4 साल ने यह बहुत इंपॉर्टेंट ने, ना सिर्फ बच्चे लिए थोड़े लिए, थोड़ा बच्चा कल उठे आगे कामयाब होगा, चंगी जॉब करेगा, ना सिर्फ तो ज़्यादा पैसे कमाऊगा, थोड़ी फैमिली का एक जिहड़ा ओवरऑल स्ट्रक्चर आ सारा ही चेंज कर देगा। साढ़ा ही बच्चा उत्थे जाके ट्रक चला वा, उत्थे टैक्सी चला वा, वह पढ़ लिख भी गया, मैनू नहीं समझ आता वो कनेडा क्यों गया सीगा, ठीक है पैसे तो कमा ले, कि पैसा कमाने की मोटिव, पैसे के नाल सब तो बड़ी गल आ कि तुहाडा स्टेचर बनता कोई कि नहीं बनता है, ये गल बड़ी। हुण दरअसल मैं इतने यही गल से आना चाहना क्योंकि इतों कई बार की होंगे भी कॉलेज में तवज्जो ना लेके ज़्यादा ओंटारियो रीजन BC इधर इंट्रस्ट ज़्यादा दिखाया जाता, जबकि कॉलेजिज होर रीजन के बहुत ने जिन्हें बहुत वधिया प्रोग्राम्स ने, स्किल्ड प्रोग्राम्स ने, बहुत वधिया स्कोप है, उन्होंने नहीं सिलेक्ट किया जाता ड्यू टू रिलेटिव्स या दोस्त। मैं दसदा गल सब तो बड़ा है, देखो रिलेटिव्स हो गए, दोस्त हो गए, मैं सबनों कहना रिलेटिव दोस्त थोड़े लिए टाइमिंग कम आ सकता वा, थोड़े टाइम लिए, मैं ही जानना जिते बड़े रिलेटिव को बच्चे गए हैं, चाचियों को, ताया को, मासियों को, 99% बच्चों के झगड़े हुए हैं, झगड़िया चो बाहर क्ढे गए ने, वो डिप्रैशन आ गए हैं बच्चे, उही बच्चा जिन्हें जाते ही 1-2 महीने सैटल हो जाना, उन्होंने 1 साल लग गया सैटल होंदे होंदे, साल तुम करे टोरंटो पढ़ ले या 2 साल पढ़ ले फिर सोच जाए मैं सस्कैचुअन मूव कर जावा, मैनिटोबा मूव कर जावा, क्यों ना मैं पहले ही उसे जावा। और साढ़े को कॉलेज आ रहा एक यूकॉन एक रीजन आ उसी के उपर, वो इंटरनेशनल टीम आ रही है साढ़े को 22 तरीक
22 अप्रैल ਨੂੰ ਦਿਨ ਸ਼ਨੀਵਾਰ ਸਵੇਰੇ 10:30 ਵਜੇ 10:30 ਤੋਂ ਲੈ ਕੇ 1 ਵਜੇ ਤੱਕ ਸਾਡੇ ਕੋਲ ਹੋਣਗੇ ਉਹਨਾਂ ਦੀ ਇੰਟਰਨੈਸ਼ਨਲ ਟੀਮ ਆ ਉਹਦੇ ਇੰਟਰਨੈਸ਼ਨਲ ਕੋਆਰਡੀਨੇਟਰ ਨੇ ਮਿਸ ਯੋਸ਼ੀ ਕਾਮਾਗੇ ਤੋਂ ਸ਼ੀ ਇਜ਼ ਕਮਿੰਗ ਇੱਕ ਇਹੋ ਜਿਹਾ ਕਾਲਜ ਆ ਇਹੋ ਜਿਹਾ ਰੀਜਨ ਆ ਜਿੱਥੇ ਤੁਹਾਡੀ ਪੀਆਰ ਦੇ ਬਹੁਤ ਚਾਂਸਸ ਨੇ ਇੱਕੋ ਹੀ ਕਾਲਜ ਆ ਕੋਰਸਿਸ ਬਹੁਤ ਵਧੀਆ ਵਧੀਆ ਨੇ ਸਾਡੇ ਸਟੂਡੈਂਟ ਆਲਰੇਡੀ ਉੱਥੇ ਗਏ ਹੋਏ ਨੇ ਸਾਡੀ ਸਟੂਡੈਂਟ ਇੱਕ ਸੀਗੀ ਜਿਹਦੇ 4 ਵਾਰ ਰਿਫਿਊਜ਼ਲ ਸੀਗਾ ਇਸ ਕਾਲਜ ਉਹਦਾ ਵੀਜ਼ਾ ਲੱਗਿਆ ਵਾ ਮੈਂ ਤੁਹਾਨੂੰ ਦੀ ਵੀਡੀਓ ਵੀ ਦਿਖਾਉਂਗਾ ਇਸੇ ਪ੍ਰੋਗਰਾਮ ਦੇ ਵਿੱਚ ਇਹ ਐਸਪੀਪੀ ਕਾਲਜ ਇਹ ਨਾਨ ਐਸਪੀਪੀ ਕਾਲਜ ਹੈ ਪਰ ਸਰਕਾਰੀ ਕਾਲਜ ਹੈ ਇਹ ਵੀ ਇੱਕ ਭੁਲੇਖਾ ਵਾ ਵੀ ਐਸਪੀਪੀ ਨਾਨ ਐਸਪੀਪੀ ਮੈਂ ਬਾਰ ਬਾਰ ਹੀ ਗੱਲ ਕਹਿਣਾ ਐਸਪੀਪੀ ਨੂੰ ਹੁਣ ਨਾਨ ਐਸਪੀਪੀ ਜੇ ਕਰਦੀ ਕਾਲਜ ਆ ਪ੍ਰਾਈਵੇਟ ਕਾਲਜ ਆ ਨਹੀਂ ਉਹ ਨਹੀਂ ਇਹ ਕਮਿਊਨਿਟੀ ਕਾਲਜ ਆ ਸਰਕਾਰੀ ਕਾਲਜ ਆ ਉਹਦੀ ਉਹੀ ਕੀਮਤ ਆ ਜੋ ਐਸਪੀਪੀ ਦੀ ਕੀਮਤ ਆ ਠੀਕ ਹੈ ਵੀਜ਼ੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ ਆ ਲੜਕੀ ਜਿਹਦਾ ਮੈਂ ਦੱਸ ਰਿਹਾ ਉਹਨੂੰ 4 ਵਾਰ ਵੀਜ਼ਾ ਰਿਫਿਊਜ਼ ਸੀਗਾ ਇਹ ਤੁਹਾਨੂੰ ਵੀਡੀਓ ਦਿਖਾਉਣਾ ਇਹ ਬੱਚੀ ਉੱਥੇ 10 ਦਿਨਾਂ 'ਚ ਉਹਨੂੰ ਜੋਬ ਮਿਲ ਗਈ ਉਹ ਕਹਿੰਦੀ ਬਹੁਤ ਵਧੀਆ ਪੜ੍ਹਾਈ ਆ ਜੀ ਅਰਲੀ ਚਾਈਲਡਹੁੱਡ ਦਾ ਕੋਰਸ ਕਰ ਰਹੀ ਆ ਉਹ ਕਹਿੰਦੀ 1 ਮਹੀਨੇ 1 ਸਮੈਸਟਰ ਤੋਂ ਬਾਅਦ ਹੀ ਮੈਨੂੰ ਆਪਦੀ ਫੀਲਡ ਦੀ ਜੋਬ ਮਿਲ ਜਾਣੀ ਆ ਜਿਹ 'ਚ ਕਾਲਜ ਬਹੁਤ ਹੈਲਪ ਕਰ ਰਿਹਾ ਵਾ ਕਿਉਂਕਿ ਦੇਖੋ ਉੱਥੇ ਸਿਰਫ 30,000 ਦੀ ਆਬਾਦੀ ਆ ਪੂਰੀ ਸਟੇਟ ਦੇ ਵਿੱਚ ਪੰਜਾਬ ਨਾਲੋਂ 3 ਗੁਣਾ ਵੱਡੀ ਸਟੇਟ ਆ ਬਹੁਤ ਸਾਰੇ ਤੁਹਾਡੇ ਕੋਲ ਰਿਸੋਰਸਿਸ ਨੇ ਉਹਨਾਂ ਕੋਲ ਨੈਚੁਰਲ ਰਿਸੋਰਸਿਸ ਗੋਲਡ ਬਹੁਤ ਸਾਰਾ ਇੱਥੋਂ ਨਿਕਲਦਾ ਵਾ ਮਾਈਨਿੰਗ ਬਹੁਤ ਹੁੰਦੀ ਹੈ ਇੱਥੇ ਮਿਨਰਲਸ ਸੋਇਲ ਬਾਰੇ ਬਹੁਤ ਸਾਰੇ ਮੇਰੇ ਕੋਲ ਬਿਜ਼ਨਸ ਦਾ ਇੱਥੇ ਜਾ ਰਿਹਾ ਵਾ ਜੇ 90% ਸਕੋਰ ਆ ਕਹਿੰਦਾ ਮੈਂ ਜੀ ਜਾਣਾ ਹੀ ਇਸ ਕਾਲਜ 'ਚ ਵੱਡੀ ਐਡਵਾਂਟੇਜ ਇੱਥੇ ਫੀਸ ਅੱਧੀ ਆ 2 ਲੱਖ ਫੀਸ ਆ ਸਿਰਫ 1 ਸਮੈਸਟਰ ਦੀ ਪੂਰੇ ਸਾਲ ਦੀ 4 ਲੱਖ ਫੀਸ ਆ ਆਮ ਕੈਨੇਡੀਅਨ ਕਾਲਜ ਦੇ ਵਿੱਚ 8 ਤੋਂ ਲੈ ਕੇ 8.5 ਲੱਖ ਫੀਸ ਆ ਪੂਰੇ ਸਾਲ ਦੀ ਸਿਰਫ 4 ਲੱਖ ਫੀਸ ਆ ਤੁਹਾਨੂੰ ਪੀਆਰ ਬਹੁਤ ਬਹੁਤ ਆਸਾਨ ਐਜ਼ ਕੰਪੇਅਰ ਟੂ ਅਦਰ ਪ੍ਰੋਵਿੰਸਿਸ ਤੇ ਤੁਸੀਂ ਅਗਰ 2 ਸਾਲ ਕੱਚੇ ਖਾ ਕੇ ਫਿਰ ਕਿਤੇ ਜਾਓਗੇ ਕਿਉਂ ਅਸੀਂ ਪਹਿਲਾਂ ਇੱਥੇ ਚਲੇ ਜਾਓ ਤੁਸੀਂ ਪਰ ਇੱਥੇ ਸਭ ਤੋਂ ਵੱਡੀ ਗੱਲ ਨਾ ਐਸਪੀਪੀ ਨੂੰ ਇੰਨਾ ਕੁ ਵੱਡਾ ਪ੍ਰਮੋਟ ਕੀਤਾ ਗਿਆ ਇੰਨੇ ਵੱਡੇ ਪੱਧਰ ਤੇ ਪ੍ਰਮੋਟ ਹੋਇਆ ਐਸਪੀਪੀ ਅੱਜ ਬੱਚੇ ਦੇ ਮਨ ਦੇ ਵਿੱਚ ਹੋ ਗਿਆ ਜੇ ਐਸਪੀਪੀ ਕਾਲਜ ਨਹੀਂ ਲੈਂਦਾ ਤਾਂ ਮੇਰਾ ਵੀਜ਼ਾ ਨਹੀਂ ਲੱਗਦਾ ਉਹ ਦੇਖੋ ਉਹੀ ਗੱਲ ਆ ਜਿਹੜੀ ਅਸੀਂ ਗੱਲ ਕੀਤੀ ਸੀ ਆਪਾਂ ਸ਼ੁਰੂ 'ਚ ਕਿ ਸਾਡੇ ਜਿਹੜੇ ਏਜੰਟ ਨੇ ਜਿਹੜੇ ਜਿਹੜੇ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਇਸ ਨੌਲੇਜ ਨਹੀਂ ਰੱਖਦੇ ਨੌਲੇਜ ਇੱਕ ਸਟਰਕਚਰ ਬਣਾਤਾ ਗਿਆ ਉਹਨਾਂ ਨੇ 4 ਕਾਜ ਇਕੱਠੇ ਕੀਤੇ ਫਟਾਫਟ ਲਾਤੇ ਮੈਂ ਤਾਂ ਇੱਥੇ ਤੱਕ ਦੇਖਦਾ ਹਾਂ ਮਾਂ ਬਾਪ ਦੀ ਸੋਰਸ ਆਫ ਇਨਕਮ ਜਦ ਭਰੀ ਜਾਂਦੀ ਹੈ ਉੱਥੇ ਕੈਨੇਡੀਅਨ ਕੈਨੇਡਾ 'ਚ ਇੱਕ ਫਾਰਮ ਆ ਜਿਹ 'ਚ ਭਰੀ ਜਾਂਦੀ ਆ ਉਹ ਵੀ ਝੂਠੀ ਭਰਤੀ ਜਾਂਦੀ ਹੈ ਮੇਰੇ ਕੋਲ ਇਹ ਇੱਕ ਚੀਜ਼ ਨੇ ਜਿੱਥੇ ਮਾਂ ਬਾਪ ਦੀ ਇਨਕਮ 2-3 ਲੱਖ ਹੀ ਸੀਗੀ ਚੱਕ ਕੇ 9 ਲੱਖ ਭਰ ਦਿੱਤੀ ਅਸੀਂ ਇਹ ਜਿਹਾ ਕੋਈ ਕੰਮ ਨਹੀਂ ਕਰਦੇ ਤੁਹਾਨੂੰ ਪ੍ਰੋਪਰਲੀ ਗਾਈਡ ਕਰਦੇ ਹਾਂ ਮੇਰੇ ਕੋਲ ਨਾਨ ਐਸਪੀਪੀ ਦੇ ਇਸ ਸਮੈਸਟਰ 'ਚ ਹੀ ਕਿੰਨੇ ਵੀਜ਼ੇ ਨੇ ਤੁਸੀਂ ਮੇਰੇ ਆਫਿਸ ਆਓ ਮੈਂ ਤੁਹਾਨੂੰ ਦਿਖਾ ਸਕਦਾ ਲਾਸਟ ਸਾਡਾ ਪ੍ਰੋਗਰਾਮ ਸੀ ਮੈਂ 6-7 ਵੀਡੀਓ ਦਿਖਾਏ ਸਾਰੇ ਨਾਨ ਐਸਪੀਪੀ ਠੀਕ ਹੈ ਨਾ ਸਾਰੇ ਰਿਫਿਊਜ਼ਲ ਕੇਸਿਸ ਆਹ ਹੁਣ ਦਿਖਾ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੀਜ਼ੇ ਦਿਖਾਵਾਂਗੇ ਤੁਹਾਨੂੰ ਮੈਕਸਿਮਮ ਰਿਫਿਊਜ਼ਲ ਕੇਸਿਸ ਰਿਫਿਊਜ਼ਲ ਦਾ ਇੱਕ ਮਤਲਬ ਹੀ ਹੈ ਨਾਨ ਐਸਪੀਪੀ ਇੱਕ ਵਾਰ ਹੋ ਹੀ ਨਹੀਂ ਸਕਦਾ ਇਹੋ ਜਿਹਾ ਕੋਈ ਭੁਲੇਖਾ ਨਹੀਂ ਹੁਣ ਨਾਨ ਐਸਪੀਪੀ ਦੂਜੇ ਪਲੇਅਰ ਵੀ ਆ ਗਏ ਜਿਹੜੇ ਕਹਿੰਦੇ 5 ਬੈਂਡ ਤੇ ਕੈਨੇਡਾ ਜਾਓ 5.5 ਬੈਂਡ ਤੇ ਕੈਨੇਡਾ ਜਾਓ ਰੱਦੀ ਟੁੱਟਿਆ ਹੋਇਆ ਇੱਕ ਕਾਲਜ ਲਿਆ ਹੋਇਆ ਜਿਹੜਾ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਦਿੰਦਾ ਵਾ ਉਹ ਨਹੀਂ ਭਾਈ ਉਹ ਧੋਖਾ ਵਾ ਉਹ ਬੇਈਮਾਨੀ ਆ ਅਸੀਂ ਉਹ ਕੰਮ ਨਹੀਂ ਕਰਦੇ ਹੈਗੇ ਅਸੀਂ ਸਿਰਫ ਬ੍ਰਾਂਡਡ ਟਾਪ ਕਲਾਸ ਗਵਰਨਮੈਂਟ ਕਾਲਜਿਸ ਨਾਲ ਕੰਮ ਕਰਦੇ ਹਾਂ ਸਾਨੂੰ ਆਪਣੀ ਰੈਪੂਟੇਸ਼ਨ ਆਪਣੇ ਪੈਸਿਆਂ ਨਾਲੋਂ 1000 ਗੁਣਾ ਪਿਆਰੀ ਆ ਠੀਕ ਹੈ ਨਾ ਇਹਦੇ 'ਚ ਗਿੱਲ ਸਾਹਿਬ ਇੱਕ ਹੋਰ PTE ਜਿਹੜਾ ਪੇਅਰ ਸੈੱਟ ਟੈਸਟ ਆਫ ਇੰਗਲਿਸ਼ ਸ਼ੁਰੂ ਕੀਤਾ ਗਿਆ ਸੀ ਉਹ ਕੈਨੇਡਾ 'ਚ ਐਕਸੈਪਟੇਬਲ ਹੈ ਕਿ ਨਹੀਂ ਬਹੁਤ ਵੱਡੇ ਪੱਧਰ ਦੇ ਵੀ ਕੁਐਰੀਜ਼ ਨੇ 10 ਕੁ ਕਾਲਜ ਨੇ ਜਿਹੜੇ ਐਕਸੈਪਟ ਕਰ ਰਹੇ 10-11 ਸਾਨੂੰ ਮੇਲ ਆਈਆਂ ਸੀ ਪਿੱਛੇ ਜਿਹੇ ਜਦ ਸਪਟੰਬਰ ਇਨਟੇਕ ਸ਼ੁਰੂ ਹੋਇਆ ਸੀ ਕਿ ਸਾਰੇ ਕਾਲਜ ਨੂੰ ਉਹਨਾਂ ਨੇ ਆਥੋਰਾਈਜ਼ ਕਰਤਾ ਪਰ ਨਹੀਂ 10-11 ਕਾਲਜ ਨੇ ਜਿਨ੍ਹਾਂ ਨੇ ਹਲੇ ਨੂੰ ਰਿਜ਼ਲਟਸ ਕਿੱਦਾਂ ਨੇ PTE ਦੇ PTE ਰਿਜ਼ਲਟਸ ਵੀ ਓਕੇ ਨੇ ਗੁੱਡ ਇਕੁਅਲੀ ਗੁੱਡ ਦੇਖੋ PTE ਦਾ ਇੱਕ ਸਿਸਟਮ ਬਣਾਇਆ ਉਹਨਾਂ ਨੇ ਕਿ ਇੰਗਲਿਸ਼ ਦਾ ਟੈਸਟ ਹੀ ਆ ਉਹ ਅਗਰ ਇੰਗਲਿਸ਼ ਦਾ ਟੈਸਟ ਆ ਅਗਰ ਤੁਹਾਡੇ ਮਾਰਕਸ ਉਹ ਚੰਗੇ ਨੇ ਉਸ ਲੈਵਲ ਦੇ ਮਾਰਕਸ ਹੈਗੇ ਨੇ ਜੋ ਆਇਲਟਸ ਦੀ ਰਿਕੁਆਇਰਮੈਂਟ ਆ ਤੇ ਰਿਜ਼ਲਟ ਦੇ ਵਿੱਚ ਕੋਈ ਇਸ਼ੂ ਨਹੀਂ ਹੈ ਯੂਕੋਨ ਕਾਲਜ ਜਿਹੜਾ 22 ਅਪ੍ਰੈਲ ਨੂੰ ਤੁਹਾਡੇ ਕੋਲ ਆ ਰਿਹਾ ਇਹ PTE ਐਕਸੈਪਟ ਕਰਦਾ ਨਹੀਂ ਫਿਲਹਾਲ PTE ਐਕਸੈਪਟ ਨਹੀਂ ਕਰਦਾ ਇਹ ਆਇਲਟਸ ਹੀ ਐਕਸੈਪਟ ਕਰਦਾ ਵਾ ਪਰ ਆਇਲਟਸ ਜਿਹੜਾ ਸਕੋਰ ਲੈਂਦਾ ਇਹ 6 ਬੈਂਡ ਨੋ ਲੈਸ ਦੈਨ 5.5 ਇਹ ਐਕਸੈਪਟ ਕਰਦਾ ਵਾ ਪਲੱਸ ਇਹਨਾਂ ਜਿਹੜਾ ਆਉਣਗੇ ਉਸ ਦਿਨ ਐਪਲੀਕੇਸ਼ਨ ਫੀ ਵੇਵਰ ਵੀ ਹੈਗੀ ਹੈ 50% ਕੰਡੀਸ਼ਨਲ ਆਫਰ ਵੀ ਇਹ ਦੇ ਰਹੇ ਨੇ ਮੈਂ ਇਹਦੇ ਥੋੜ੍ਹੇ ਜਿਹੇ ਕੋਰਸਿਸ ਦਾ ਤੁਹਾਨੂੰ ਦੱਸ ਦੇਣਾ ਮੈਂ ਇਹਦੇ ਕੋਲ ਇੱਕ ਏਵੀਏਸ਼ਨ ਮੈਨੇਜਮੈਂਟ ਦਾ ਪ੍ਰੋਗਰਾਮ ਬੜਾ ਯੂਨੀਕ ਜਿਹਾ ਪ੍ਰੋਗਰਾਮ ਆ ਜੀ ਤੁਹਾਨੂੰ ਬਿਜ਼ਨਸ ਦੀ ਡਿਗਰੀ ਵੀ ਮਿਲਦੀ ਆ ਪਲੱਸ ਤੁਸੀਂ ਪਾਇਲਟ ਵੀ ਬਣ ਸਕਦੇ ਹੋ ਉਸ ਤੋਂ ਇਲਾਵਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਆ ਜਿਸ ਤੁਸੀਂ ਕਈ ਤਰ੍ਹਾਂ ਦੀ ਸਪੈਸ਼ਲਾਈਜੇਸ਼ਨ ਕਰ ਸਕਦੇ ਹੋ 2 ਸਾਲ ਦਾ ਪ੍ਰੋਗਰਾਮ ਆ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਦਾ ਪ੍ਰੋਗਰਾਮ ਆ ਜਿਹੜਾ ਕਿ ਆਮ ਤੌਰ ਤੇ ਮੈਡੀਕਲ ਦੇ ਬੱਚਿਆਂ ਲਈ ਆ ਮੈਂ ਦੱਸਿਆ ਜਿਹੜੀ ਲੜਕੀ ਸਾਡੀ ਉੱਥੇ ਗਈ ਹੋਈ ਆ ਸ਼ੀ ਇਜ਼ ਵੈਰੀ ਹੈਪੀ ਔਰ ਉਹ ਕਹਿ ਰਹੀ ਹੈ ਕਿ 1 ਸਮੈਸਟਰ ਤੋਂ ਬਾਅਦ ਹੀ ਮੈਨੂੰ ਆਪਦੀ ਫੀਲਡ ਦੇ ਵਿੱਚ ਮੈਂ ਨਾਲ ਚਾਹੁੰਦਾ ਵੀ ਇਹ ਸਟ੍ਰੀਮ ਨਾਲ ਰਿਲੇਟਡ ਵੀ ਦੱਸਿਆ ਜਾਵੇ ਆਰਟਸ ਵਾਲਿਆਂ ਲਈ ਨਾਨ ਮੈਡੀਕਲ ਵਾਲਿਆਂ ਲਈ ਮੈਡੀਕਲ ਹਾਂਜੀ ਮੈਂ ਦੱਸਿਆ ਹੈ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਜਿਹੜਾ ਹੈਗਾ ਇਹ ਮੈਡੀਕਲ ਸਟ੍ਰੀਮ ਲਈ ਆ ਲਿਬਰਲ ਆਰਟਸ ਇੱਕ ਪ੍ਰੋਗਰਾਮ ਆ ਜਿਹੜੇ ਆਰਟਸ ਦੇ ਬੱਚਿਆਂ ਲਈ ਆ ਇਹਦੇ 'ਚ ਵੀ ਵੀਜ਼ਾਸ ਆਉਂਦੇ ਨੇ ਇਹਦੇ 'ਚ ਵਰਾਇਟੀ ਆਫ ਸਬਜੈਕਟ ਤੁਸੀਂ ਚੂਜ਼ ਕਰ ਸਕਦੇ ਹੋ ਲਿਬਰਲ ਆਰਟਸ ਤੁਸੀਂ ਇਕਨੋਮਿਕਸ ਦੇ ਸਬਜੈਕਟ ਲੈ ਸਕਦੇ ਹੋ ਤੁਸੀਂ ਅਕਾਊਂਟਿੰਗ ਲੈ ਸਕਦੇ ਹੋ ਤੁਸੀਂ ਆਰਟਸ ਦੇ ਪ੍ਰੋਗਰਾਮ ਲੈ ਸਕਦੇ ਹੋ ਜੀ ਤੁਸੀਂ ਲਿਬਰਲ ਆਰਟਸ ਦੇ ਵਿੱਚ ਤੁਸੀਂ ਹਿਸਟਰੀ ਪੜ੍ਹਨੀ ਆ ਜੋਗ੍ਰਾਫੀ ਪੜ੍ਹਨੀ ਆ ਸਾਈਕੋਲੋਜੀ ਪੜ੍ਹਨੀ ਆ ਸੋਸ਼ੀਓਲੋਜੀ ਪੜ੍ਹਨੀ
ਉਹ ਹੈਗਾ ਵਾ ਇੱਕ ਮਲਟੀਮੀਡੀਆ ਦਾ ਪ੍ਰੋਗਰਾਮ ਆ ਜਿਹੜਾ ਪਲੱਸ ਟੂ ਬੱਚਿਆਂ ਲਈ ਹੈਗਾ ਵਾ, ਜਿਹ 'ਚ ਤੁਹਾਡੇ ਫਿਜ਼ਿਕਸ ਕੈਮਿਸਟਰੀ ਮੈਥ ਵਾਲੇ ਬੱਚੇ ਵੀ ਜਾ ਸਕਦੇ ਨੇ, ਪਲੱਸ ਆਰਟਸ ਵਾਲੇ ਬੱਚੇ ਵੀ ਜਾ ਸਕਦੇ ਨੇ, ਦੋਨੋਂ ਹੀ ਜਾ ਸਕਦੇ, ਹਾਂ ਦੋਨੋਂ ਜਾ ਸਕਦੇ ਨੇ। ਇਸ ਤੋਂ ਇਲਾਵਾ ਇੱਕ ਨਾ ਕੋਈ ਸਪੈਸ਼ਲ ਪ੍ਰੋਗਰਾਮ ਆ ਜੀਓਲੋਜੀਕਲ ਟੈਕਨੋਲੋਜੀ, ਇਹ ਪ੍ਰੋਗਰਾਮ 2 ਸਾਲ 'ਚ ਇੱਕ ਵਾਰ ਖੁੱਲਦਾ, ਇਸ ਸਾਲ ਖੁੱਲਿਆ ਵਾ, ਹੁਣ ਅਗਲੇ ਸਾਲ ਨਹੀਂ ਖੁੱਲਣਾ, ਉਸ ਤੋਂ ਅਗਲੇ ਸਾਲ ਖੁੱਲੂਗਾ, ਇਹ ਸੀਟਾਂ ਬੜੀਆਂ ਲਿਮਿਟਡ ਨੇ। ਇਹ ਪ੍ਰੋਗਰਾਮ ਬੇਸਿਕਲੀ ਸੋਇਲ ਐਂਡ ਮਿਨਰਲ 'ਤੇ ਬਣਿਆ ਹੋਇਆ ਪ੍ਰੋਗਰਾਮ ਆ, ਕਿਉਂਕਿ ਮੈਂ ਦੱਸਿਆ ਮਾਈਨਿੰਗ ਦਾ ਬਹੁਤ ਜ਼ੋਰ ਆ ਉੱਥੇ ਉਸ ਪ੍ਰੋਵਿੰਸ ਦੇ ਵਿੱਚ, ਤੁਹਾਡੀਆਂ ਗੋਲਡ ਮਾਈਨਸ ਬਹੁਤ ਨੇ, ਨੈਚੁਰਲ ਰਿਸੋਰਸਿਸ ਬਹੁਤ ਨੇ, ਜੋਬ ਓਰੀਐਂਟਿਡ ਕੋਰਸ ਕਰ ਲਈਏ, ਬਹੁਤ ਹਾਈਲੀ ਇਨ ਡਿਮਾਂਡ ਪ੍ਰੋਗਰਾਮ। ਇਹ ਫਿਜ਼ਿਕਸ ਕੈਮਿਸਟਰੀ ਮੈਥ ਲਈ ਰਿਕੁਆਇਰਮੈਂਟ ਆ, ਮੈਂਡੇਟਰੀ ਆ। ਜੀਓਲੋਜੀਕਲ ਟੈਕਨੋਲੋਜੀ ਪ੍ਰੋਗਰਾਮ ਆ, ਬਹੁਤ ਵਧੀਆ ਪ੍ਰੋਗਰਾਮ ਆ, ਬਹੁਤ ਜੋਬ ਓਪਰਚੁਨਿਟੀਜ਼ ਨੇ। $50,000-$60,000 ਦੀ ਇੰਪਲੋਇਮੈਂਟ ਲੈਣਾ ਬਿਲਕੁਲ ਮੁਸ਼ਕਿਲ ਨਹੀਂ ਹੈਗਾ, ਬਹੁਤ ਆਸਾਨੀ ਨਾਲ ਤੁਸੀਂ PR ਹੋ ਜਾਂਦੇ ਹੋ, ਔਰ ਪੂਰੇ ਕੈਨੇਡਾ 'ਚ ਇਹਦੀ ਡਿਮਾਂਡ ਆ, ਹਾਈ ਇਨ ਡਿਮਾਂਡ। ਠੀਕ ਆ, ਜਿੱਦਾਂ ਮੈਂ ਦੱਸਿਆ ਸੀ ਬੱਚੇ ਕਈ ਵਾਰ ਇੱਕੋ ਚੀਜ਼ 'ਤੇ ਪਿੱਛੇ ਤੁਰੇ ਆ, ਸਾਰੇ ਬੱਚੇ ਹੀ IT ਪ੍ਰੋਗਰਾਮ ਲੱਗਦਾ ਵੀ ਸ਼ਾਇਦ IT ਦੀ ਫੀਲਡ ਦੇ ਵਿੱਚ ਮੈਂ ਕੁਰਸੀ 'ਤੇ ਬਹਿ ਕੇ ਕੰਮ ਕਰ ਲੈਣਾ ਵਾ। ਮੈਂ IT ਦੀ ਫੀਲਡ, ਮੇਰਾ ਬੈਕਗਰਾਊਂਡ IT ਫੀਲਡ ਦਾ ਹੀ ਆ, ਮੈਨੂੰ ਪਤਾ IT ਫੀਲਡ ਇਜ਼ ਨੋਟ ਦੈਟ ਈਜ਼ੀ। ਅਤੇ ਤੁਸੀਂ ਇਹੋ ਜਿਹੇ ਪ੍ਰੋਗਰਾਮ ਚੂਜ਼ ਕਰ ਸਕਦੇ ਹੋ, ਇਹਨਾਂ ਕੋਲ ਟਰੈਵਲ ਐਂਡ ਟੂਰਿਜ਼ਮ ਦਾ ਵੀ ਇੱਕ ਪ੍ਰੋਗਰਾਮ ਹੈਗਾ ਵਾ, ਵਰਾਇਟੀ ਆਫ ਪ੍ਰੋਗਰਾਮਸ ਨੇ। ਤੁਸੀਂ ਆਓ ਸਾਡੇ ਸੈਮੀਨਾਰ 'ਤੇ ਉਸ ਦਿਨ, ਤੁਸੀਂ ਇੰਟਰਨੈਸ਼ਨਲ ਕੋਆਰਡੀਨੇਟਰ ਜਿਹੜੇ ਦਿੰਦੇ ਆ ਰਹੇ ਨੇ ਉਹਨਾਂ ਨੂੰ ਮਿਲ ਸਕਦੇ ਹੋ ਡਾਇਰੈਕਟਲੀ, ਆਪਦੇ ਸਾਰੇ ਡਾਕੂਮੈਂਟਸ ਓਰੀਜਨਲ ਨਾਲ ਲੈ ਕੇ ਆਓ, ਪੇਰੈਂਟਸ ਨੂੰ ਨਾਲ ਲੈ ਕੇ ਆਓ, ਐਪਲੀਕੇਸ਼ਨ ਫੀ ਵੇਵਰ ਵੀ ਹੈਗਾ ਔਨ ਸਪੋਟ ਅਸੀਂ ਤੁਹਾਨੂੰ ਆਫਰ ਵੀ ਦੇ ਸਕਦੇ ਹਾਂ। ਔਰ ਮੈਂ ਦੱਸਿਆ ਵੀ ਇਹਦੇ ਵੀਜ਼ਾ ਸਕਸੈਸ ਰੇਟ ਵੀ ਇਸ ਇੰਸਟੀਟਿਊਸ਼ਨ ਦਾ ਬਹੁਤ ਵਧੀਆ ਵਾ, ਪਲੱਸ PR ਐਜ਼ ਕੰਪੇਅਰ ਟੂ ਅਦਰ ਪਾਰਟਸ ਆਫ ਕੈਨੇਡਾ ਇਜ਼ ਮਚ ਮਚ ਈਜ਼ੀਅਰ ਜੀ। ਸੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਜੀ ਯੂਕਨ ਕਾਲਜ ਬਾਰੇ, ਉਹਨਾਂ ਦੇ ਕੋਰਸਿਸ ਬਾਰੇ, 22 ਅਪ੍ਰੈਲ ਨੂੰ ਇਹਨਾਂ ਦੇ ਆਫਿਸ ਵਿਜ਼ਿਟ ਕੀਤਾ ਜਾ ਸਕਦਾ, ਅਪਾਇੰਟਮੈਂਟ ਲਈ ਨੰਬਰਾਂ 'ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਈ ਜਾ ਸਕਦੀ ਹੈ। ਕੁਝ ਸਟੂਡੈਂਟਸ ਨੇ ਨਾਲ ਜਿਨ੍ਹਾਂ ਨੇ ਸਰਵਿਸਿਜ਼ ਲਈਆਂ, ਉਹਨਾਂ ਦਾ ਕੀ ਕਹਿਣਾ ਹੈ ਪ੍ਰਿਚਪਾਲ ਗਿੱਲ ਸਿੰਘ ਜੀ ਦੀ ਕੰਪਨੀ MKN ਬਾਰੇ, ਉਹਨਾਂ ਦੀ ਸਰਵਿਸਿਜ਼ ਬਾਰੇ, ਆਓ ਸੁਣਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹਰਮਨਪ੍ਰੀਤ ਕੌਰ ਹੈ ਅਤੇ ਮੈਂ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਅੱਜ ਕੱਲ੍ਹ ਮੈਂ ਕੈਨੇਡਾ ਦੇ ਵਾਈਟ ਹਾਊਸ ਦੇ ਯੂਕੋਨ ਕਾਲਜ ਵਿੱਚ ਸਟੱਡੀ ਕਰ ਰਹੀ ਹਾਂ ਅਤੇ ਮੈਂ ਬਹੁਤ ਖੁਸ਼ ਹਾਂ ਕੈਨੇਡਾ ਆ ਕੇ। ਇੱਥੇ ਦੇ ਲੋਕ ਬਹੁਤ ਵਧੀਆ ਨੇ ਅਤੇ ਕੋਆਪਰੇਟਿਵ ਨੇਗੇ। ਮੈਨੂੰ 10 ਦਿਨਾਂ ਦੇ ਵਿੱਚ ਹੀ ਕੰਮ ਮਿਲ ਗਿਆ ਸੀਗਾ ਅਤੇ ਮੈਂ ਬਹੁਤ ਜ਼ਿਆਦਾ ਥੈਂਕਸ ਕਰਨਾ ਚਾਹੁੰਦੀ ਹਾਂ MKN ਇਮੀਗ੍ਰੇਸ਼ਨ ਦਾ ਅਤੇ ਮਿਸਟਰ PH ਸਿੰਘ ਗਿੱਲ ਦਾ, ਜਿਨ੍ਹਾਂ ਨੇ ਮੇਰੀ ਇੱਥੇ ਆਉਣ 'ਚ ਇੰਨੀ ਹੈਲਪ ਕੀਤੀ ਅਤੇ ਇੱਥੇ ਵੀ ਮੇਰੀ ਹੈਲਪ ਕਰ ਰਹੇ ਨੇ। ਥੈਂਕ ਯੂ ਸੋ ਮੱਚ। Hello friends, I am Jasleen from Ludhiana. I done my plus 2 in commerce stream. ਮੇਰਾ ਕੈਨੇਡਾ ਜਾਣ ਦਾ ਬਹੁਤ ਵੱਡਾ ਹੀ ਸੁਪਨਾ ਸੀਗਾ ਅਤੇ ਇਸ ਲਈ ਇਸ ਸੁਪਨੇ ਨੂੰ ਪੂਰੇ ਕਰਨ ਲਈ ਮੇਰੇ ਫਾਦਰ ਨੇ PH ਗਿੱਲ ਸਰ ਨਾਲ ਕੰਸਲਟ ਕੀਤਾ। ਫਿਰ ਅਸੀਂ MKN ਇਮੀਗ੍ਰੇਸ਼ਨ ਆਫਿਸ ਜਲੰਧਰ ਆਏ ਅਤੇ ਸਭ ਤੋਂ ਪਹਿਲਾਂ ਤਾਂ ਸਰ ਨੇ ਆਏ ਦੱਸਿਆ ਕਿ ਮੇਰੇ ਆਇਲਸ ਨੰਬਰ ਬਹੁਤ ਘੱਟ ਨੇ ਅਤੇ ਸਰ ਨੇ ਕਿਹਾ ਕਿ ਮੈਂ ਫਿਰ ਤੋਂ ਆਇਲਸ ਕਰਾਂ ਅਤੇ ਜ਼ਿਆਦਾ ਬੈਂਡ ਲੈ ਕੇ ਫਿਰ ਅਪਲਾਈ ਕਰਾਂ। ਜਦੋਂ ਮੈਂ ਆਪਣੀ ਆਇਲਸ ਕੀਤੀ ਅਤੇ ਮੇਰੇ 6 ਬੈਂਡ ਆ ਗਏ ਅਤੇ ਮੈਂ ਸਰ ਕੋਲ ਫਿਰ ਆਈ ਜਲੰਧਰ ਆਫਿਸ ਅਤੇ ਸਰ ਨੇ ਫਿਰ ਮੇਰੀ ਫਾਈਲਿੰਗ ਦੇਖੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਮਾਰਕਸ ਘੱਟ ਹੈ ਇਕਨੋਮਿਕਸ 'ਚ, 39 ਨੰਬਰ ਸੀਗੇ ਮੇਰੇ। ਅਤੇ ਸਰ ਨੇ ਕਿਹਾ ਕੋਈ ਨਾ, ਅਸੀਂ ਰਿਸਕ ਲੈ ਲੈਂਦੇ ਹਾਂ। ਟਰਾਈ ਉਹਨਾਂ ਨੇ ਪੂਰਾ ਕੀਤਾ ਸੀਗਾ ਅਤੇ ਬਟ ਅਨਫੋਰਚੁਨੇਟਲੀ ਮੇਰਾ ਜੈਨ ਇਨਟੇਕ ਦਾ ਵੀਜ਼ਾ ਰਿਜੈਕਟ ਹੋ ਗਿਆ। ਉਸ ਤੋਂ ਬਾਅਦ ਮੈਂ ਬਹੁਤ ਡਿਪਰੈਸ ਹੋ ਗਈ ਕਿ ਮੇਰਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਹੀ ਨਹੀਂ ਹੋਏਗਾ। ਬਟ ਉਸ ਤੋਂ ਬਾਅਦ ਮੇਰੇ ਫਾਦਰ ਨੇ ਫਿਰ ਇੱਕ ਵਾਰ ਮੈਨੂੰ ਸਰ ਕੋਲ ਲੈ ਕੇ ਆਏ ਅਤੇ ਸਰ ਨੇ ਮੈਨੂੰ ਮੋਟੀਵੇਟ ਕੀਤਾ। ਉਹ ਕਹਿੰਦੇ ਇੱਕ ਵਾਰ ਅਸੀਂ ਫਿਰ ਤੇਰੀ ਫਾਈਲ ਲਗਾ ਕੇ ਦੇਖਦੇ ਹੈਗੇ ਹਾਂ ਅਤੇ ਸਰ ਨੇ ਮੇਰੀ ਫਾਈਲ ਨੂੰ ਬਹੁਤ ਹੀ ਧਿਆਨ ਨਾਲ ਅੱਛੀ ਤਰ੍ਹਾਂ ਅਪਲਾਈ ਕੀਤਾ ਅਤੇ ਹੁਣ ਮੈਂ ਇਨਟੇਕ 'ਚ ਮੇਰਾ ਵੀਜ਼ਾ ਆ ਗਿਆ। ਮੈਂ ਸਰ ਦਾ ਬਹੁਤ ਥੈਂਕ ਕਰਦੀ ਹੈਗੀ ਹਾਂ ਅਤੇ MKN ਇਮੀਗ੍ਰੇਸ਼ਨ ਦੇ ਆਫਿਸ ਦੇ ਸਾਰੇ ਸਟਾਫ ਦਾ। ਹੇਅਰ ਆਈ ਗੋਟ ਮਾਈ ਵੀਜ਼ਾ। I am Paramol Singh Kumhan and I got my visa from MKN Immigration and Education Consultants. ਸੋ ਇਸੀ ਜੋ ਕੁਝ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਪ੍ਰਿਥਪਾਲ ਜੀ ਦੀ ਕੰਪਨੀ MKN ਬਾਰੇ ਤੁਹਾਡੇ ਤੱਕ ਸਾਂਝਾ ਕੀਤਾ। ਤੁਸੀਂ ਵੀ ਇਹਨਾਂ ਦੁਆਰਾ ਕੋਈ ਸਰਵਿਸਿਜ਼ ਚਾਹੁੰਦੇ ਹੋ ਤਾਂ ਇਹਨਾਂ ਦਾ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਾ ਕੇ ਅਸੈਸਮੈਂਟ ਨਹੀਂ ਮਿਲਿਆ ਜਾ ਸਕਦਾ। ਅਦਰਵਾਈਜ਼ ਯੂਕੋਨ ਕਾਲਜ ਜੋ ਕਿ ਗਵਰਨਮੈਂਟ ਕਮਿਊਨਿਟੀ ਕਾਲਜ ਹੈ, 22 ਅਪ੍ਰੈਲ ਨੂੰ ਇਹਨਾਂ ਕੋਲ ਵਿਜ਼ਿਟ ਕਰ ਰਿਹਾ। ਕੁਝ ਖਾਸ ਸੈਮੀਨਾਰ ਦੇ ਟਾਈਮ ਵੀ ਨੇ, ਕਦੋਂ ਤੱਕ ਅਵੇਲੇਬਿਲਟੀ? ਹਾਂਜੀ, 10:30 ਤੋਂ ਲੈ ਕੇ 1 ਵਜੇ ਤੱਕ ਸਾਡੇ ਕੋਲ ਅਵੇਲੇਬਲ ਨੇ ਉਹ। ਇੰਟਰਨੈਸ਼ਨਲ, ਤੁਹਾਨੂੰ ਦੱਸਿਆ ਵੀ ਇੰਟਰਨੈਸ਼ਨਲ ਕੋਆਰਡੀਨੇਟਰ ਨੇ ਉਹਨਾਂ ਦੇ, ਮੈਡਮ ਯੋਸ਼ੀ ਕਮਾਗੇ, ਸ਼ੀ ਇਜ਼ ਕਮਿੰਗ, ਅਤੇ ਉਹੀ ਨੇ ਜਿਹੜੇ ਮੇਨ ਡਿਸੀਜਨ ਲੈਂਦੇ ਨੇ ਐਡਮਿਸ਼ਨਸ ਬਾਰੇ। ਤੁਸੀਂ ਉਹਨਾਂ ਨੂੰ ਆ ਕੇ ਮਿਲ ਸਕਦੇ ਹੋ, ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਪੁੱਛ ਸਕਦੇ ਹੋ ਫੇਸ ਟੂ ਫੇਸ। ਖਾਸ ਤੌਰ ਜਿਹੜੇ ਬੱਚੇ ਜਿਹਨਾਂ ਦੇ ਰਿਫਿਊਜ਼ਲ ਕੇਸਿਸ ਨੇ ਉਹ ਆ ਸਕਦੇ ਨੇ ਇਸ ਕਾਲਜ ਵਿੱਚ। ਮੈਂ ਦੱਸਿਆ ਤੁਹਾਨੂੰ ਜਿਹੜੀ ਵੀਡੀਓ ਦਿਖਾ ਰਿਹਾ, ਉਸ ਲੜਕੀ ਦੇ 4 ਰਿਫਿਊਜ਼ਲ ਨੇ, ਠੀਕ ਹੈ ਨਾ, 5th ਟਾਈਮ ਉਹਦਾ ਵੀਜ਼ਾ ਆਇਆ ਵਾ। ਇੱਦਾਂ ਦੀ ਕੋਈ ਇਸ਼ੂ ਨਹੀਂ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਬਾਕੀ ਫਰੈਸ਼ ਕੈਂਡੀਡੇਟਸ ਨੇ, ਮੇਰੇ ਕੋਲ ਬੱਚਾ ਇੱਥੇ ਜਾ ਰਿਹਾ ਹੁਣ ਜਿਹਦੇ 90% ਸਕੋਰ ਆ ਬਿਜ਼ਨਸ ਦੇ ਵਿੱਚ, ਉਹਨਾਂ ਦੇ ਮੈਂ ਚੂਜ਼ ਇਹ ਰੀਜਨ ਕਰਨਾ ਵਾ, ਕਿਉਂਕਿ ਤੁਸੀਂ ਇਹ 1 ਟਾਈਮ ਓਪਰਚੁਨਿਟੀ ਹੈ। ਤੁਸੀਂ ਕੈਨੇਡਾ ਚਲੇ ਗਏ, ਇੱਕ ਤਾਂ ਇੱਥੇ ਫੀਸ ਘੱਟ, ਅੱਧੀ ਫੀਸ ਆ ਤੁਹਾਡੀ, ਠੀਕ ਹੈ। ਰਹਿਣ ਸਹਿਣ ਦੀ ਕੋਈ ਇਸ਼ੂ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ। ਆਪਾਂ ਨੂੰ ਇਹ ਵੀ ਲੱਗਦਾ ਕਈ ਵਾਰ ਇੱਥੇ ਵਿੰਟਰਸ ਬਹੁਤ ਹਾਰਸ਼ ਨੇ, ਨਹੀਂ ਇੱਦਾਂ ਤਾਂ ਕੁਛ ਨਹੀਂ ਹੈਗਾ। ਕਮਿਊਨਿਟੀ ਬਹੁਤ ਅੱਛੀ ਆ, ਤੁਹਾਨੂੰ ਜੋਬ ਓਪਰਚੁਨਿਟੀਜ਼ ਪਾਰਟ ਟਾਈਮ ਜਿਹੜੀਆਂ ਸਟੂਡੈਂਟ ਲੱਭਦੇ ਨੇ, ਸਾਡੇ ਸਟੂਡੈਂਟ ਨੂੰ 10 ਦਿਨਾਂ 'ਚ ਮਿਲ ਗਈ ਆ।
ਥੋੜ੍ਹਾ ਰਿਫਿਊਜ਼ ਹੋ ਜਾਵੇ ਸੈਕਿੰਡ ਟਾਈਮ, ਫਿਰ ਤੁਹਾਨੂੰ ਥੋੜ੍ਹੀ ਹੋਰ ਸਟਰਗਲ ਕਰਨੀ ਪੈਂਦੀ ਆ। ਅਤੇ ਮੇਕ ਸ਼ੋਰ ਤੁਸੀਂ 22 ਤਰੀਕ ਨੂੰ ਸਾਡੇ ਕੋਲ ਆਓ 10:30 ਵਜੇ ਸਵੇਰੇ 10:30 ਵਜੇ ਕਲਬ 1 ਵਜੇ ਤੱਕ, ਅਤੇ ਤੁਸੀਂ ਇਸ ਕਾਲਜ ਬਾਰੇ ਇਸ ਰੀਜਨ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਸੋ ਪ੍ਰਿਤਪਾਲ ਜੀ, ਅੱਜ ਦੇ ਸ਼ੋਅ ਦੇ ਵਿੱਚ ਆਉਣ ਲਈ ਅਤੇ ਇਨਫੋਰਮੇਸ਼ਨ ਦੇਣ ਲਈ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸਾਰੇ ਦਰਸ਼ਕਾਂ ਦਾ। ਸੋ ਧੰਨਵਾਦ ਸਾਰੇ ਦਰਸ਼ਕਾਂ ਦਾ, ਉਮੀਦ ਕਰਦੇ ਹਾਂ ਅੱਜ ਦੇ ਸ਼ੋਅ ਦੇ ਵਿੱਚ ਉਹ ਗੱਲਾਂ ਜਿਹੜੇ ਕੈਨੇਡਾ ਜਾਣ ਵਾਲੇ ਸਟੂਡੈਂਟ ਲਈ ਜਾਣੀਆਂ ਜ਼ਰੂਰੀ ਨੇ ਤੁਹਾਡੇ ਤੱਕ ਪਹੁੰਚਾ ਪਾਏ ਹੋਵਾਂਗੇ। ਕੋਈ ਗੱਲਬਾਤ ਰਹਿ ਗਈ ਹੋਵੇ ਡਾਇਰੈਕਟ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ। ਕੈਨੇਡਾ ਦੇ ਯੂਕਨ ਕਾਲਜ ਦਾ ਮੈਗਾ ਸੈਮੀਨਾਰ ਦਿਨ ਸ਼ਨੀਵਾਰ 22 ਅਪ੍ਰੈਲ 11 ਤੋਂ 1 ਵਜੇ ਐਮਕੈਨ ਇਮੀਗ੍ਰੇਸ਼ਨ ਜਲੰਧਰ ਆਫਿਸ ਵਿੱਚ ਹੋਵੇਗਾ, ਜਿੱਥੇ ਯੂਕਨ ਕਾਲਜ ਦੀ ਇੰਟਰਨੈਸ਼ਨਲ ਟੀਮ ਪਹੁੰਚ ਰਹੀ ਹੈ। ਜਿਹੜਾ ਬੱਚਾ ਕੈਨੇਡਾ ਜਾਣ ਦਾ ਇੱਛੁਕ ਹੈ ਉਹ ਆਪਣੇ ਓਰਿਜਨਲ ਡਾਕੂਮੈਂਟਸ ਨਾਲ ਲੈ ਕੇ ਫ੍ਰੀ ਆਫ ਕੋਸਟ ਇਹ ਸੈਮੀਨਾਰ ਅਟੈਂਡ ਕਰ ਸਕਦਾ ਹੈ।